ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪਰਮ ਅਦਬ ਅਰ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਮੁਕੱਦਸ ਚਰਨਾਂ ਵਿੱਚ ਹਾਜ਼ਰੀਨ ਗੁਰੂ ਪਿਆਰੀ ਸਤ ਸੰਗਤ ਜੀਓ, ਆਓ ਸਾਰੀਆਂ ਸੰਗਤਾਂ ਪਿਆਰ ਨਾਲ ਗੁਰਬਖਸ਼ਿਸ਼ ਗੁਰਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕਰਕੇ ਲਾਹੀ ਪ੍ਰਾਪਤ ਕਰਨ ਦਾ ਉਪਰਾਲਾ ਕਰ ਰਹੇ ਹਾਂ। ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਦਾ ਅੰਮ੍ਰਿਤ ਕੀਰਤਨ ਕੀਰਤਨੀਆਂ ਸਿੰਘਾਂ ਪਾਸੋਂ ਸਰਵਣ ਕਰ ਰਹੇ ਸਾਂ, ਔਰ ਹੁਣ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਚਾਰ ਦਾ ਸਮਾਂ ਹੋਇਆ ਹੈ। ਸੋ ਆਓ ਸਾਰੀਆਂ ਸੰਗਤਾਂ ਸ਼ਰਧਾ ਅਤੇ ਪਿਆਰ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜ ਕਰਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ। ਪਿਆਰ ਨਾਲ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾ ਜਿਨ੍ਹਾਂ ਦੇ ਸੰਦੜਿਆ ਦੁਰ ਮਤ ਵੰਨੈ ਮਿੱਤਰ ਅਸਾਡੜੇ ਸੇਈ ਹਉ ਟੁੜੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਪਾਵਨ ਅੰਗ ਨੰਬਰ 520 ਉੱਪਰ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਜੀਵਨ ਵਿੱਚ ਜੀਵਨ ਦਾ ਸਫ਼ਰ ਤੈਅ ਕਰਦਿਆਂ ਇਕਾਂਤ ਤੋਂ ਪਰੇਸ਼ਾਨ ਹੋ ਜਾਂਦਾ ਹੈ। ਮਨੁੱਖ ਚਾਹੁੰਦਾ ਹੈ ਕਿਸੇ ਨਾਲ ਮਿਲਾਪ ਹੋਵੇ ਅਤੇ ਮੈਂ ਆਪਣੇ ਸਮੇਂ ਨੂੰ ਕਿਸੇ ਦੇ ਮਿਲਾਪ ਵਿੱਚ ਵਿਚਾਰਦਿਆਂ ਗੱਲਬਾਤ ਕਰਦਿਆਂ ਸੌਖਿਆਂ ਬਤੀਤ ਕਰ ਸਕਦਾ ਹਾਂ। ਪਰ ਸਾਹਿਬ ਜੀ ਆਖਦੇ ਖਿਆਲ ਰੱਖਣਾ ਸੰਗ ਉਹਨਾਂ ਦਾ ਹੀ ਕਰਨਾ ਹੈ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਨੈ, ਜਿਨ੍ਹਾਂ ਦਾ ਸੰਗ ਕਰਕੇ ਜਿਨ੍ਹਾਂ ਦੀ ਸੰਗਤ ਕਰਕੇ ਹਿਰਦੇ ਵਿੱਚੋਂ ਬੁਰਾਈਆਂ ਦਾ ਨਾਸ ਹੋਵੇ। ਮਿੱਤਰ ਅਸਾਡੜੇ ਸੀ, ਜੀਵਨ ਵਿੱਚ ਉਹੀ ਦੋਸਤ ਮਨੁੱਖ ਵਾਸਤੇ ਸੁਹਾਵਣੇ ਹਨ ਜਿਹੜੇ ਮਨੁੱਖ ਦਾ ਵਿਕਾਸ ਕਰਨ, ਮਨੁੱਖ ਨੂੰ ਸ਼ੁਭ ਗੁਣਾਂ ਵਾਲੇ ਪਾਸੇ ਲੈ ਕੇ ਜਾਣ। ਸਾਹਿਬ ਜੀ ਆਖਦੇ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ, ਦਿਨ ਦਿਨ ਦੂਣਾ ਹੇਤ
ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਦੋ ਸ਼ਬਦ ਵਰਤੇ ਸਾਹਿਬ ਜੀ ਨੇ, ਸੰਗਤ ਕਰੀਏ ਸਾਧ ਕੀ। ਸਾਧ ਕੌਣ ਹੁੰਦੇ ਆ? ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਵਿੱਚ ਬਚਨ ਉਚਾਰਨ ਕੀਤੇ, ਸਾਧ ਨਾਮ ਨਿਰਮਲ ਜਾ ਕੇ ਕਰਮ। ਜਿਨ੍ਹਾਂ ਦੇ ਕਰਮ ਨਿਰਮਲ ਨੇ, ਕਰਮ ਤੋਂ ਭਾਵ ਹੈ ਕੰਮ, ਅਤੇ ਨਿਰਮਲ ਤੋਂ ਭਾਵ ਹੈ ਨਿਰ, ਬਿਨਾਂ ਮਲ ਮੈਲ ਤੋਂ। ਕਿਉਂਕਿ ਜਿਹੜਾ ਆਪ ਨਿਰਮਲ ਹੈ ਉਹ ਤੁਹਾਨੂੰ ਵੀ ਨਿਰਮਲ ਕਰਨ ਦਾ ਯਤਨ ਕਰੇਗਾ, ਜਿਹੜਾ ਆਪ ਟਿਕਿਆ ਹੋਇਆ ਹੈ ਉਹ ਤੁਹਾਨੂੰ ਵੀ ਟਿਕਾਉਣ ਦੀ ਕੋਸ਼ਿਸ਼ ਕਰੇਗਾ। ਪਰ ਚੇਤੇ ਰੱਖਿਓ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਇੱਕ ਸਾਕਤ ਵੀ ਇਸ ਮਨੁੱਖ ਦਾ ਸੁਭਾਅ ਹੈ। ਸੰਸਾਰ ਦੇ ਮਨੁੱਖਾਂ ਵਿੱਚ ਬਹੁਤ ਸਾਰੇ ਮਨੁੱਖ ਨੇ ਜਿਹੜੇ ਸਾਕਤ ਨੇ। ਸਾਹਿਬ ਜੀ ਆਖਦੇ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਸਾਕਤ ਦਾ ਸੁਭਾਅ ਕਾਲੀ ਕੰਬਲੀ ਵਰਗਾ ਹੈ, ਅਤੇ ਉਹਨੂੰ ਜਿੰਨਾ ਮਰਜ਼ੀ ਧੋਈ ਜਾਓ ਉਹ ਸੇਤ ਚਿੱਟੀ ਨਹੀਂ ਹੁੰਦੀ। ਸਾਕਤ ਮਨੁੱਖ ਹਮੇਸ਼ਾ ਬੁਰਾਈਆਂ ਵਿੱਚ ਹੀ ਰੁੱਝਿਆ ਰਹਿੰਦਾ ਹੈ। ਉਹ ਕਦੇ ਵੀ ਨਾ ਆਪ ਖੁਸ਼ੀ ਮਾਣਦਾ ਹੈ, ਆਨੰਦ ਮਾਣਦਾ ਹੈ, ਅਤੇ ਨਾ ਕਿਸੇ ਨੂੰ ਮਾਨਣ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਆਖਿਆ, ਉਹ ਸਾਕਤ ਮਨੁੱਖ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੈ ਉਹ ਲਸਣ ਦੀ ਦੁਰਗੰਧ ਵਰਗਾ ਹੈ। ਲਸਣ ਦੀ ਦੁਰਗੰਧ ਵਰਗਾ, ਅਤੇ ਦੁਰਗੰਧ ਤਾਂ ਫੈਲਦੀ ਆ। ਲਸਣ ਇੱਕ ਥਾਂ 'ਤੇ ਰੱਖਿਆ, ਉਹਦੀ ਜਿਹੜੀ ਹਵਾ ਹੈ ਉਹ ਜਿੱਥੋਂ ਤੱਕ ਪਹੁੰਚਦੀ ਉਹਨੂੰ ਛੂਹ ਕੇ ਉੱਥੋਂ ਤੱਕ ਉਹਦੀ ਦੁਰਗੰਧ ਜਾਂਦੀ ਹੈ। ਸਾਹਿਬ ਜੀ ਆਖਦੇ ਕਿ ਜਿਹੜਾ ਸਾਕਤ ਮਨੁੱਖ ਹੈ ਦੁਰਗੰਧ ਵਾਂਗ ਆਪਣੇ ਅਵਗੁਣ ਦੂਸਰਿਆਂ ਤੱਕ ਫੈਲਾਉਂਦਾ ਹੈ, ਪਰ ਜਿਹੜਾ ਗੁਰਮੁਖ ਉਹ ਚੰਦਨ ਵਰਗਾ ਹੁੰਦਾ ਹੈ, ਉਹ ਆਪਣੀ ਸੁਗੰਧੀ ਦੂਸਰਿਆਂ ਤੱਕ ਵੰਡਦਾ ਹੈ। ਇਸ ਲਈ ਸਤਿਗੁਰੂ ਜੀ ਆਖਦੇ ਆ ਕਿ ਚੰਦਨ ਵਰਗੇ ਸੁਭਾਅ ਵਾਲੇ ਗੁਰੂ ਅਤੇ ਗੁਰੂ ਕੇ ਸਿੱਖਾਂ ਦਾ ਸੰਗ ਕਰਨਾ ਹੈ, ਕਿਉਂਕਿ ਉਹਦਾ ਸੰਗ ਕਰਨ ਕਰਕੇ ਕਬੀਰ ਭਗਤ ਜੀ ਨੇ ਆਪਣੇ ਸਲੋਕਾਂ ਵਿੱਚ ਬੜੇ ਪਿਆਰ ਨਾਲ ਆਖਿਆ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਕਹਿੰਦੇ ਜਿਹੜੇ ਚੰਦਨ ਦੇ ਕੋਲ ਵਸਣ ਵਾਲੇ ਰੁੱਖ ਨੇ, ਦਰਖਤ ਨੇ, ਬੂਟੇ ਨੇ, ਉਹ ਵੀ ਚੰਦਨ ਬਣ ਜਾਂਦੇ ਉਹਦੀ ਸੁਗੰਧੀ ਦੇ ਨਾਲ, ਪਰ ਇੱਕ ਵਾਂਸ ਹੈ ਉਹ ਆਪਣੇ ਹੰਕਾਰ ਵਿੱਚ ਹੀ, ਆਪਣੀ ਲੰਬਾਈ ਦੇ ਮਾਣ ਵਿੱਚ ਹੀ ਸੁਗੰਧੀ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਮਹਾਨ ਨਹੀਂ ਬਣ ਸਕਦਾ। ਕਬੀਰ ਬਾਂਸ ਬਡਾਈ ਬੂਡਿਆ, ਇਉਂ ਮਤ ਡੁੱਬੋ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਕੋਲ ਰਹਿ ਕੇ ਵੀ ਬਾਂਸ 'ਚ ਸੁਗੰਧੀ ਨਹੀਂ ਭਰਦੀ। ਸਤਿਗੁਰੂ ਜੀ ਆਖਦੇ, ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਹਿੰਦੇ ਸਾਕਤ ਤਾਂ ਇਸ ਤਰ੍ਹਾਂ ਦਾ ਏ ਜਿਵੇਂ ਬਾਂਸ ਹੁੰਦਾ ਨਾ, ਮਾਫ਼ ਕਰਨਾ, ਸਾਕਤ ਤਾਂ ਇਸ ਤਰ੍ਹਾਂ ਦਾ ਏ ਜਿਵੇਂ ਕਾਲਾ ਬਰਤਨ ਹੈ, ਅਤੇ ਕਾਲੇ ਬਰਤਨ ਨਾਲ ਛੂਹਾਂਗੇ ਤਾਂ ਕੀ ਹੋਵੇਗਾ? ਕਾਲਖ ਲੱਗੇਗੀ। ਸਤਿਗੁਰੂ ਜੀ ਆਖਦੇ ਜੀਵਨ ਨੂੰ ਕਾਲਖ ਨਹੀਂ ਲੱਗਣ ਦੇਣੀ। ਅਵਗੁਣਾਂ ਦੀ ਕਾਲਖ ਜਿਹੜੀ ਹੈ ਨਾ, ਉਹ ਧੁਰ ਦਰਗਾਹ ਤੱਕ ਮਨੁੱਖ ਦੇ ਨਾਲ ਜਾਂਦੀ ਹੈ। ਕੱਪੜਿਆਂ ਨੂੰ ਲੱਗੀ ਕਾਲਖ ਤਾਂ ਅਸੀਂ ਲਾਹ ਸਕਦੇ ਹਾਂ, ਪਰ ਆਚਰਨ ਨੂੰ ਲੱਗੀ ਹੋਈ ਕਾਲਖ ਨਹੀਂ ਉਤਰਦੀ। ਸਾਹਿਬ ਜੀ ਆਖਦੇ, ਦਾਗ ਦੋਸ ਮੋਹੇ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਜਿਹੜੇ ਦੋਸ਼ਾਂ ਦੇ ਦਾਗ ਲੱਗ ਜਾਂਦੇ ਆ ਉਹ ਨਹੀਂ ਉਤਰਦੇ, ਫਿਰ ਦਰਗਾਹ ਵਿੱਚ ਟਿਕਾਣਾ ਨਹੀਂ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖ ਨੂੰ ਪ੍ਰੇਰਿਤ ਕਰਦੇ ਆ ਕਿ ਮਨੁੱਖ ਗੁਰਮੁਖਾਂ ਦੀ ਸੰਗਤ ਕਰ, ਜਿਨ੍ਹਾਂ ਦੀ ਸੰਗਤ ਤੇਰਾ ਭਲਾ ਕਰ ਦੇਵੇ। ਭਗਤ ਕਬੀਰ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਸਲੋਕਾਂ ਵਿੱਚ ਇਤਨਾ ਕੁ ਗਿਆਨ ਪਰੋਇਆ ਹੈ
कि जे आपां श्रद्धा नाल उन्हां नूं पढ़िए उन्हां तों सीखण दा यतन करिए तां जीवन दा कोई ऐसा पहलू नहीं है जिथे कबीर साहब जी रोशनी नहीं पा रहे। कबीर साहब आखदे कहिंदे देख तू अवगुण यार नहीं है पर अवगुण यार बंदियां कोल बैठदा है तेरी मित्रता अवगुण यारां बंदियां नाल न तां वी तैनूं रब ने लेखा पुछणा है। उन्होंने बचन आखे कबीर चावल कारणे तुख को मोहली लाए संग को संगी बैसते तब पूछे धर्म राय। संग को संगी बैसते तब पूछे धर्म राय। कहिंदे कुसंगियां दे संग बैठ के मनुख तेनू लेखा देना पैना जिमें चौलां दा संग करदी है चौलां दे उपरली तुख फक उन्हां दा सिलका ते जदों उखली विच पा के चौल छड़े जांदे आ तां उदों मार जिहड़ी है उह फक नूं भी सहणी पैंदी है। लोड़ कोई नहीं सी पर उह चौलां दे नाल जुड़ी होण करके मार सहिंदी है। बंदे ने गलती नहीं कीती पर गलत बंदियां च बैठा कुछ उन्हां दे बोल तां उहदे कन्नां विच पए। बाणी ने तां इत्थों तक आखिया मेरे मोहन सरावनी इह ना सुनाए साकत गीत नाद धुन गावत बोलत बोल अजाए। मेरे मोहन सरवनी यह ना सुनाए। हे मेरे वाहिगुरु जी मेरे ते कृपा करियो साकत बंदियां दे बोल मेरे कन्ना च ना पैन। ते साध संगत माफ़ करना जिहड़ी गल मैं कहन लगा है इस वेले दुनिया की रुचि ही साकत मनुखां दे बोल सुनन वाले पासे आ। साडा सभ्याचार बहुत अमीर है। ਸਾਡੇ ਸੱਭਿਆਚਾਰ ਦੇ ਬਾਨੀ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਸੱਭਿਆਚਾਰ ਸਮਾਜ ਦੀ ਸਿਰਜਣਾ ਕੀਤੀ ਹੈ। ਸੱਭਿਆਚਾਰ ਸਮਾਜ ਹੈ ਕੀ ਸੀ? ਜਿੱਥੇ ਹਰ ਜੀਵ ਨੂੰ ਬਰਾਬਰ ਦੇ ਅਧਿਕਾਰ ਮਿਲਦੇ ਹੋਣ, ਜਿੱਥੇ ਮਾਂ ਨੂੰ ਮਾਂ ਵਰਗਾ ਸਤਿਕਾਰ, ਭੈਣ ਨੂੰ ਭੈਣ ਵਰਗਾ ਪਿਆਰ ਔਰ ਧੀ ਨੂੰ ਧੀ ਵਰਗਾ ਪਿਆਰ ਮਿਲਦਾ ਹੋਵੇ, ਉਹਨੂੰ ਸੰਸਾਰ ਨੂੰ ਆਖਦੇ ਸੱਭਿਆਚਾਰਕ ਸੰਸਾਰ। ਜਿੱਥੇ ਆਪਣੀ ਮੁਕਤੀ ਵਾਸਤੇ ਆਪਣੀ ਪਤਨੀ ਪੁਜਾਰੀਆਂ ਨੂੰ ਦਾਨ ਕਰ ਦਿੱਤੀ ਜਾਵੇ, ਜਿੱਥੇ ਆਪਣੀ ਮੁਕਤੀ ਵਾਸਤੇ ਆਪਣੀ ਧੀ ਪੁਜਾਰੀਆਂ ਦੇ ਕਹੇ 'ਤੇ ਰਾਮ ਦੇ ਮੰਦਰਾਂ 'ਚ ਦਾਸੀ ਬਣਾ ਦਿੱਤੀ ਜਾਵੇ, ਉਹਨੂੰ ਸੱਭਿਆਚਾਰਕ ਸਮਾਜ ਨਹੀਂ ਆਖਦੇ। ਬਾਣੀ ਵਿੱਚ ਲਿਖਿਆ ਕਹਿੰਦੇ ਐਸਾ ਅਸੱਭਿਅਕ ਸੰਸਾਰ ਸਿਰਜਤਾ ਧਰਮ ਦੇ ਆਗੂਆਂ ਨੇ। ਮਰਦ ਨੇ ਮੁਕਤੀ ਲੈਣ ਵਾਸਤੇ ਪੱਲੇ ਲੱਗੀ ਆਪਣੀ ਪਤਨੀ ਗਹਿਣਿਆਂ ਨਾਲ ਸ਼ਿੰਗਾਰ ਕੇ ਅਰਪੈ ਨਾਰ ਸਿੰਗਾਰ ਸਮੇਤ ਮੰਦਰ ਦੇ ਪੁਜਾਰੀਆਂ ਨੂੰ ਅਰਪ ਦਿੱਤੀ। ਕੇਵਲ ਪਤਨੀ ਹੀ ਨਹੀਂ, ਕਿੰਨਾ ਧਰੋਹ ਕਮਾਇਆ, ਨੌਜਵਾਨ ਬੱਚੀਆਂ ਵੀ ਪੁਜਾਰੀਆਂ ਦੇ ਆਖੇ ਲੱਗ ਕੇ ਮੰਦਰਾਂ ਵਿੱਚ ਇੱਕ ਧਰਮ ਦੀ ਆੜ ਹੇਠ ਦਾਨ ਕਰ ਦਿੱਤੀਆਂ, ਜਿਨ੍ਹਾਂ ਬਾਰੇ ਗੁਰਬਾਣੀ 'ਚ ਲਿਖਿਆ ਰਾਮ ਜਨੀਆਂ ਲੈ ਰਾਖਿਓ ਨਾਉ। ਉਹ ਵਿਚਾਰੀਆਂ ਰਾਮਦਾਸੀਆਂ ਨਾ ਬਣ ਕੇ ਲਿਬਾਸ ਧਾਰਮਿਕ ਰਹਿ ਗਏ, ਪੁਜਾਰੀਆਂ ਦੀ ਹਵਸ਼ ਦਾ ਸ਼ਿਕਾਰ ਹੋ ਕੇ ਵੇਸਵਾਵਾਂ ਨਾਲੋਂ ਵੀ ਬੁਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਈ। ਉਹਨੂੰ ਆਪਾਂ ਸੱਭਿਅਕ ਸਮਾਜ ਨਹੀਂ ਕਹਿ ਸਕਦੇ। ਸੱਭਿਅਕ ਸਮਾਜ ਉਹ ਆ ਜਿੱਥੇ ਹਰ ਜੀਵ ਨੂੰ ਬਰਾਬਰ ਅਧਿਕਾਰ ਹੋਣ। ਅਤੇ ਸਮਾਂ ਕਿਸ ਤਰ੍ਹਾਂ ਦਾ ਆ ਗਿਆ? ਜਿਹੜੇ ਲੋਕ ਹੱਦ ਦਰਜੇ ਦੇ ਮਾੜੇ ਬੋਲ ਬੋਲਣ ਵਾਲੇ ਹੋਣ, ਉਹਨਾਂ ਨੂੰ ਅੱਜ ਦੇ ਸਮੇਂ ਨੇ ਆਖਿਆ ਇਸ ਬਾਬੇ ਬੋੜ ਆ ਸੱਭਿਆਚਾਰ ਦੇ। ਮਾਫ਼ ਕਰਨਾ, ਉਹਨਾਂ ਨੂੰ ਆਖਿਆ ਬਾਬੇ ਬੋੜ ਨੇ ਸੱਭਿਆਚਾਰ ਦੇ। ਸਾਡੀ ਆ ਜਿਹੜੀ ਚੱਲ ਰਹੀ ਪੀੜ੍ਹੀ ਹੈ ਇਹਦੇ ਤੱਕ ਇਹ ਗੱਲ ਪਹੁੰਚਾਈ ਗਈ ਕਿ ਤੁਹਾਡਾ ਸੱਭਿਆਚਾਰ ਆ ਆਹ ਜਿਹੜੇ ਬਾਬੇ ਬੋੜ ਇਹਨਾਂ ਨੂੰ ਵੇਖੋ, ਇਹ ਪੈਰਾਂ 'ਚ ਘੁੰਗਰੂ ਪਾ ਕੇ ਅਤੇ ਮਜ਼ਾਰਾਂ 'ਤੇ ਨੱਚਦੇ ਆ, ਅਤੇ ਤੁਹਾਡਾ ਵੀ ਸੱਭਿਆਚਾਰ ਇਹੀ ਆ, ਕੰਨਾਂ 'ਚ ਨੱਤੀਆਂ ਅਤੇ ਪੈਰਾਂ 'ਚ ਘੁੰਗਰੂ ਪਾ ਕੇ ਅਤੇ ਮਜ਼ਾਰਾਂ 'ਤੇ ਨੱਚਿਆ ਕਰੋ। ਅਤੇ ਉਹਦੇ 'ਚ ਨਾਂ ਵਰਤਿਆ ਜਾਂਦਾ ਹੈ ਸਾਈਂ ਬੁੱਲੇ ਸ਼ਾਹ ਦਾ, ਆਖਦੇ ਉਹ ਵੀ ਇੱਦਾਂ ਹੀ ਕਰਦਾ ਹੁੰਦਾ ਸੀ। ਕੌਣ ਕਹਿੰਦਾ ਇੱਦਾਂ ਕਰਦਾ ਹੁੰਦਾ ਸੀ? ਕਦੇ ਸਾਹਿਤ ਵਿੱਚੋਂ ਸਾਈਂ ਬੁੱਲੇ ਸ਼ਾਹ ਦਾ ਜੀਵਨ ਪੜ੍ਹ ਕੇ ਦੇਖੋ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਭਵਰਾ ਸੀ। ਉਹਨਾਂ ਹਾਲਾਤਾਂ ਵਿੱਚ ਜਦੋਂ ਪੂਰੀ ਦੀ ਪੂਰੀ ਹਕੂਮਤ ਗੁਰੂ ਗੋਬਿੰਦ ਸਿੰਘ ਦੇ ਉੱਪਰ ਕਹਿਰ ਢਾ ਰਹੀ ਹੈ, ਸਾਈਂ ਬੁੱਲੇ ਸ਼ਾਹ ਆਖਦਾ ਨਾ ਅਬ ਕੀ ਕਹੂੰ ਨਾ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਇੰਨੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਤੋਂ ਵਾਕਫ ਨਹੀਂ ਹੋਵੇਗਾ, ਬੜੀ ਚੰਗੀ ਤਰ੍ਹਾਂ ਵਾਕਫ ਹੈ, ਉਹਨੂੰ ਪਤਾ ਹੈ ਕਿ ਗੁਰੂ ਦਾ ਸਿਧਾਂਤ ਇਹ ਗੱਲ ਕਹਿੰਦਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ, ਉਹ ਮਜ਼ਾਰਾਂ 'ਤੇ ਨੱਚਦਾ ਹੋਵੇਗਾ। ਐਸੇ ਸਾਕਤ ਬੋਲਾਂ ਦੇ ਬੋਲ ਬੜੀ ਰੀਝ ਨਾਲ ਸੁਣੇ ਜਾਂਦੇ ਆ। ਅਰਬਾਂ ਖਰਬਾਂ ਰੁਪਈਆ ਖਰਚ ਕਰਕੇ ਆਪਣੇ ਜੀਵਨ ਨੂੰ ਕਲੰਕਿਤ ਕੀਤਾ ਜਾਂਦਾ। ਬਾਣੀ 'ਤੇ ਆਖਦੀ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਤੁਸੀਂ ਕਦੇ ਇਕੱਲੇ ਬੈਠ ਕੇ
ਉਹਨਾਂ ਬੋਲਾਂ ਦੀ ਵਿਆਖਿਆ ਕਰਕੇ ਦੇਖੋ, ਤੁਹਾਨੂੰ ਅਹਿਸਾਸ ਹੋਵੇਗਾ ਉਹਨਾਂ ਵਿਚਲੀ ਗੰਦਗੀ ਦਾ ਕਿ ਇੰਨੇ ਨੀਵੇਂ ਬੋਲ ਸਾਹਿਬ ਜੀ ਆਖਦੇ, ਪਰ ਮਨੁੱਖ ਦਾ ਸੁਭਾਅ ਹੀ ਬਣ ਗਿਆ ਗੰਧਣ ਵੈਣ ਰੱਤੇ ਹਿਤਕਾਰੀ। ਸਾਹਿਬ ਜੀ ਆਖਦੇ ਇੱਦਾਂ ਦਾ ਨਾ ਹੋ, ਆਪਣੀ ਜ਼ਿੰਦਗੀ ਨੂੰ ਉੱਚਿਆਂ ਉੱਠਾ ਅਤੇ ਆਪਣੇ ਮਨ ਵਿੱਚ ਅਹਿਸਾਸ ਕਰ ਵੀ ਇਹ ਮੇਰੀ ਜ਼ਿੰਦਗੀ ਨੂੰ ਤਬਾਹ ਕਰ ਦੇਣ ਵਾਲੇ, ਕਿਉਂਕਿ ਗਿਆਨ ਅੱਖਾਂ ਅਤੇ ਕੰਨਾਂ ਰਾਹੀਂ ਮਨੁੱਖ ਦੇ ਅੰਦਰ ਜਾਂਦਾ। ਜੋ ਅੱਖਾਂ ਨਾਲ ਅਸੀਂ ਦੇਖਦੇ ਅਤੇ ਕੰਨਾਂ ਨਾਲ ਸੁਣਦੇ ਹਾਂ ਉਹੀ ਸਾਡਾ ਮਨ ਪ੍ਰਵਾਨ ਕਰਦਾ ਅਤੇ ਉਹੀ ਸਾਡਾ ਮਨ ਪ੍ਰੇਰ ਕੇ ਸਾਡੇ ਹੱਥਾਂ ਅਤੇ ਪੈਰਾਂ ਤੋਂ ਕਰਵਾਉਂਦਾ। ਹੱਥਾਂ ਪੈਰਾਂ ਦੇ ਵਾਸਤੇ ਕੁਛ ਨਹੀਂ ਹੈ, ਇਹ ਜਦੋਂ ਅੰਦਰੋਂ ਕੋਈ ਫੁਰਨਾ ਫੁਰਦਾ ਫਿਰ ਕਰਮ ਕਰਦੇ ਆ। ਮੰਨ ਲਓ ਇੱਕ ਛੋਟੀ ਜਿਹੀ ਗੱਲ ਆ, ਦਰਵਾਜ਼ਾ ਖੜਕਦਾ ਹੈ, ਹੱਥਾਂ ਨੂੰ ਨਹੀਂ ਸੁਣਦਾ, ਪੈਰਾਂ ਨੂੰ ਵੀ ਨਹੀਂ ਸੁਣਦਾ, ਕੰਨਾਂ ਨੂੰ ਸੁਣਦਾ। ਕੰਨ ਅੱਗੇ ਇਹ ਸੰਦੇਸ਼ ਮਨ ਤੱਕ ਪਹੁੰਚਾਉਂਦੇ, ਮਨ ਬੁੱਧੀ ਨਾਲ ਵਿਚਾਰ ਕਰਦਾ ਹੈ ਵੀ ਕੋਈ ਦਰਵਾਜ਼ੇ 'ਤੇ ਆਇਆ ਹੈ, ਦਰਵਾਜ਼ਾ ਖੋਲ੍ਹਣਾ ਚਾਹੀਦਾ। ਮਨ ਫੈਸਲਾ ਦਿੰਦਾ ਪੈਰਾਂ ਨੂੰ, ਪੈਰ ਮਨ ਦਾ ਹੁਕਮ ਮੰਨ ਕੇ ਤੁਰ ਪੈਂਦੇ ਆ। ਪੈਰਾਂ ਨੂੰ ਨਹੀਂ ਪਤਾ ਕੋਈ ਦਰਵਾਜ਼ੇ 'ਤੇ ਆਇਆ, ਉਹ ਕਿਹੜਾ ਦੇਖਦੇ, ਉਹ ਕਿਹੜਾ ਸੁਣਦੇ ਆ। ਨਾ ਹੱਥਾਂ ਨੂੰ ਪਤਾ ਹੈ, ਹੱਥਾਂ ਨੂੰ ਹੁਕਮ ਹੁੰਦਾ ਹੱਥ ਦਰਵਾਜ਼ਾ ਖੋਲ੍ਹ ਦਿੰਦੇ। ਜੋ ਕੰਨਾਂ ਨੇ ਸੁਣਿਆ ਉਹ ਮਨ ਨੇ ਹੱਥਾਂ ਅਤੇ ਪੈਰਾਂ ਤੋਂ ਕਰਵਾਇਆ। ਅੱਖਾਂ ਨੇ ਦੇਖਿਆ, ਬਰਤਨ ਵਿੱਚ ਕੋਈ ਵਸਤੂ ਪਾ ਕੇ ਆਪਾਂ ਚੁੱਲ੍ਹੇ 'ਤੇ ਰਿੰਨ ਰਹੇ ਹਾਂ, ਉਹ ਉਬਲਣ ਲੱਗ ਗਈ ਹੈ, ਅਤੇ ਅੱਖਾਂ ਨੇ ਮਨ ਤੱਕ ਸੁਨੇਹਾ ਪਹੁੰਚਾਇਆ, ਮਨ ਨੇ ਫੈਸਲਾ ਕੀਤਾ ਗਲਤ ਹੋ ਰਿਹਾ ਹੈ। ਪੈਰਾਂ ਨੂੰ ਹੁਕਮ ਹੋਇਆ, ਪੈਰ ਭੱਜ ਕੇ ਗਏ, ਹੱਥਾਂ ਨੇ ਜਾ ਕੇ ਉਹ ਵਸਤੂ ਬਚਾ ਲਈ। ਹੱਥਾਂ ਪੈਰਾਂ ਨੂੰ ਤਾਂ ਕੋਈ ਅਹਿਸਾਸ ਨਹੀਂ ਹੈ, ਜੋ ਮਨ ਨੇ ਕਿਹਾ ਉਹ ਕਰ ਲਿਆ, ਮਨ ਨੇ ਉਹ ਕਿਹਾ ਜੋ ਉਹਨੇ ਦੇਖਿਆ ਅਤੇ ਜੋ ਸੁਣਿਆ। ਅਤੇ ਸਤਿਗੁਰੂ ਜੀ ਦੀ ਬਾਣੀ ਆਖਦੀ ਹੈ, ਗੁਰਮੁਖਾ ਇਹਨਾਂ ਕੰਨਾਂ ਨਾਲ ਮੈਲੇ ਬੋਲ ਨਾ ਸੁਣ, ਸਾਕਤ ਸੰਗ ਨਾ ਕਰ, ਕਿਉਂਕਿ ਸਾਕਤ ਬਚਨ ਜਿਉਂ ਬਿਸ਼ੂ ਡਸਾਨਾ। ਗੁਰਮੁਖਾਂ ਨੂੰ ਤਾਂ ਸਾਕਤਾਂ ਦੇ ਬੋਲ ਇਉਂ ਲੱਗਦੇ ਆ ਜਿਵੇਂ ਕੋਈ ਬਿੱਛੂ ਡੰਗ ਪਿਆ ਮਾਰਦਾ ਹੋਵੇ। ਅਤੇ ਹੁਣ ਤਾਂ ਕੁਰਸੀ ਛੱਡਣ ਨੂੰ ਨਹੀਂ ਕੋਈ ਤਿਆਰ, ਹਰ ਕੋਈ ਕਹਿੰਦਾ ਪਹਿਲੀ ਲਾਈਨ 'ਚ ਬੈਠ ਕੇ, ਪਹਿਲੀ ਲਾਈਨ 'ਚ ਬੈਠ ਕੇ ਦੇਖਣਾ ਆ। ਕਿਹਨਾਂ ਨੂੰ ਦੇਖਣਾ ਹੈ? ਜਿਨ੍ਹਾਂ ਦਾ ਕੋਈ ਸਦਾਚਾਰ ਨਹੀਂ ਹੈ, ਜਿਨ੍ਹਾਂ ਦਾ ਕੋਈ ਆਚਾਰ ਨਹੀਂ ਹੈ, ਜਿਨ੍ਹਾਂ ਦੀ ਜ਼ਮੀਰ ਚੰਦ ਰੁਪਈਆਂ ਪਿੱਛੇ ਵਿਕ ਜਾਂਦੀ ਹੈ, ਔਰ ਜਿਨ੍ਹਾਂ ਦੀ ਜ਼ਬਾਨ ਤੋਂ ਹੱਦ ਦਰਜੇ ਦੀ ਗੰਦਗੀ ਨਿਕਲਦੀ ਹੈ, ਜਿਹੜੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਬਿਆਨ ਵੀ ਨਹੀਂ ਕਰ ਸਕਦੇ। ਪਰ ਕਿੰਨਾ ਉਤਸ਼ਾਹ ਹੈ, ਕਿੰਨਾ ਉਮਾ ਹੈ। ਇੱਕ ਬੰਨੇ ਅਸੀਂ ਨਵੰਬਰ 1984 ਦੇ ਉਸ ਦੁੱਖ ਦਰਦ ਕਾਂਡ ਨੂੰ ਵਿਚਾਰ ਰਹੇ ਹਾਂ, ਇੱਕ ਬੰਨੇ ਮੈਂ ਦੇਖ ਰਿਹਾ ਬੜੇ ਉਤਸ਼ਾਹ ਦੇ ਨਾਲ ਅਖਾੜੇ ਲਵਾਏ ਜਾ ਰਹੇ ਆ, ਬੜੇ ਉਤਸ਼ਾਹ ਦੇ ਨਾਲ ਲੋਕ ਧਾ ਧਾ ਕੇ ਉੱਥੇ ਜਾ ਕੇ ਬੜੇ ਗਲਤਾਨ ਹੋਏ ਬੈਠੇ। ਸਾਹਿਬ ਜੀ ਆਖਦੇ ਕੀ ਪਿਆ ਕਰਦਾ, ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਨਾ ਇਹ ਨਾ ਕਰ, ਜੇ ਕਰਨਾ ਹੀ ਆ ਤਾਂ ਕੁਝ ਇਹ ਕਰ ਕਬੀਰ, ਜੇਕਰ ਆਪਣੇ ਜੀਵਨ ਨੂੰ ਸਵਾਰਨਾ ਹੈ ਤਾਂ ਗੁਰਮੁਖਾਂ ਦਾ ਸੰਗ ਨਾ ਛੱਡੀ। ਕਬੀਰ, ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ, ਹੁਣ ਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਆ, ਜੋ ਵੀ ਖਾਣ ਨੂੰ ਮਿਲਦਾ, ਭਾਵੇਂ ਜੌਆਂ ਦਾ ਰਿੱਝਿਆ ਹੋਇਆ ਮੈਨੂੰ ਖਾਣਾ ਹੀ ਮਿਲਦਾ ਹੈ ਨਾ, ਮੈਂ ਉਹ ਖਾ ਕੇ ਵੀ ਖੁਸ਼ ਹਾਂ। ਮੈਨੂੰ ਸਾਕਤ ਆਖੇ ਨਾ, ਤੈਨੂੰ 36 ਪ੍ਰਕਾਰ ਦੇ ਭੋਜਨ ਖਵਾਉਣੇ ਆ, ਤੈਨੂੰ ਅਖਾੜਾ ਵਿਖਾ ਕੇ ਲਿਆਉਣੇ ਆ, ਮੈਂ ਠੋਕਰ ਮਾਰਦਾ ਉਹਨਾਂ 36 ਪ੍ਰਕਾਰ ਦੇ ਪਦਾਰਥਾਂ ਨੂੰ, ਮੈਨੂੰ ਨਹੀਂ ਪਾਉਂਦੇ। ਕਬੀਰ, ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ, ਹੋਣ ਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਸਾਕਤ ਮੈਨੂੰ ਵੱਡੀ ਤੋਂ ਵੱਡੀ ਕੀਮਤ ਦਾ ਵੀ ਲਾਲਚ ਦੇਵੇ ਨਾ, ਮੈਂ ਉਸ ਬੰਨੇ ਕਦੇ ਨਾ ਤੁਰਾਂ। ਕਿੱਡੇ ਵੱਡੇ ਲਾਲਚ ਦਿੱਤੇ ਸੀ ਸਿੰਘ ਸਾਹਿਬ ਭਾਈ ਤਾਰੂ ਸਿੰਘ ਨੂੰ, ਕਿੰਨੇ ਸਬਜ਼ ਬਾਗ ਦਿਖਾਏ ਸੀ, ਵਜ਼ੀਰੀਆਂ ਜਗੀਰੀਆਂ ਦੇ ਲਾਲਚ ਦਿੱਤੇ, ਇੱਥੋਂ ਤੱਕ ਕਿ 4-4 ਵਿਆਹਾਂ ਦੇ ਲਾਲਚ ਦਿੱਤੇ, ਇੱਥੋਂ ਤੱਕ ਕਿ ਸਵਰਗਾਂ ਵਿੱਚ ਬਹਿਸ਼ਤਾਂ ਵਿੱਚ ਵਾਸੇ ਦੇ ਲਾਲਚ ਦਿੱਤੇ, ਪਰ ਉਹਨੇ ਸਾਰਾ ਕੁਝ ਠੁਕਰਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਆ, ਐਸੇ ਅਵਗੁਣਿਆਰ ਬੰਦਿਆਂ ਤੋਂ ਦੂਰ ਭੱਜ ਜਾਈ। ਜੇ ਬਹਿਣਾ ਹੀ ਆ ਤਾਂ ਗੁਰਮੁਖਾਂ ਕੋਲ ਬਹੀ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੀ, ਜਿਨ੍ਹਾਂ ਨੂੰ ਦੇਖ ਕੇ ਰੱਬ ਚੇਤੇ ਆਉਂਦਾ ਹੋਵੇ, ਜਿਨ੍ਹਾਂ ਦੇ ਕੋਲ ਬੈਠ ਕੇ ਜੀਵਨ ਸਵਾਰਨ ਦੀ ਸੂਝ ਮਿਲਦੀ ਹੋਵੇ, ਜਿਨ੍ਹਾਂ ਦੀ ਗੱਲਬਾਤ ਹਮੇਸ਼ਾ ਤੈਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੀ ਹੋਵੇ, ਉਹਨਾਂ ਕੋਲ ਬੈਠੀ ਖੋਜੀਏ ਖਾਂ। ਦੁਨੀਆਂ ਵਿੱਚ ਐਸੇ ਕੌਣ ਗੁਰਮੁਖ ਹੋਣਗੇ ਜਿਨ੍ਹਾਂ ਕੋਲ ਬੈਠ ਕੇ ਜੀਵਨ ਸਵਾਰਿਆ ਜਾਂਦਾ ਹੋਵੇਗਾ? ਕਿਹਨੂੰ ਬਣਾਈਏ ਆਪਣੇ ਮਿੱਤਰ? ਗੁਰਦੇਵ ਸਤਿਗੁਰੂ ਜੀ ਨੇ ਸਾਡੇ ਵਾਸਤੇ ਇਹ ਕਾਰਜ ਵੀ ਬੜਾ ਸੁਖਾਲਾ ਕਰ ਦਿੱਤਾ।
ਉਹਨਾਂ ਰੱਬ ਦੇ ਪਿਆਰੇ 15 ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰ ਬਿਠਾਏ ਆ। ਭੱਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆ, ਗੁਰੂ ਕੇ ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆ, ਜਦੋਂ ਅਸੀਂ ਪੜ੍ਹਦੇ ਹਾਂ ਨਾ ਤਾਂ ਸਾਡਾ ਸੰਗ ਕਬੀਰ ਸਾਹਿਬ ਨਾਲ ਹੁੰਦਾ ਹੈ, ਭਗਤ ਤਿਰਲੋਚਨ ਜੀ ਨਾਲ ਹੁੰਦਾ ਹੈ, ਭਗਤ ਪੀਪਾ ਜੀ ਨਾਲ ਹੁੰਦਾ ਹੈ, ਅਤੇ ਸਾਧ ਸੰਗਤ ਉਹਨਾਂ ਨਾਲ ਸੰਗ ਕਰਕੇ ਦੁਰਮਤ ਵੰਝੇ, ਖੋਟੀ ਮਤ ਜਿਹੜੀ ਹੈ ਉਹਦਾ ਨਾਸ਼ ਹੋ ਜਾਂਦਾ, ਜਿਹੜੀ ਖੋਟੀ ਮਤ ਹੈ ਉਹਦਾ ਵਿਨਾਸ਼ ਹੁੰਦਾ ਹੈ, ਮਨੁੱਖ ਦੇ ਹਿਰਦੇ ਵਿੱਚੋਂ ਗੁਰਮਤ ਪ੍ਰਗਟ ਹੁੰਦੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਕਿ ਗੁਰਮੁਖਾਂ ਦਾ ਸੰਗ ਕਰਨਾ ਹੈ, ਗੁਰਮੁਖਾਂ ਦੀ ਸੰਗਤ ਤੇਰੇ ਜੀਵਨ ਦਾ ਨਿਸਤਾਰਾ ਕਰ ਦੇਵੇਗੀ। ਭਗਤ ਕਬੀਰ ਸਾਹਿਬ ਜੀ ਦੇ ਬੋਲ ਹਨ, ਭਗਵਤ ਭੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ। ਭਗਵਤ ਭੀਰ ਪ੍ਰਭੂ ਦੇ ਪਰਮਾਤਮਾ ਦੇ ਪਿਆਰ ਕਰਨ ਵਾਲਿਆਂ ਦਾ ਇਕੱਠ, ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਇਕੱਠ ਨੂੰ ਸੰਗਤ ਹੀ ਆਖਾਂਗੇ ਨਾ। ਭਗਵਤ ਭੀਰ ਸਖਤ ਸਿਮਰਨ ਕੀ, ਰਲ ਕੇ ਉਹਨਾਂ ਨਾਲ ਕੀਤੇ ਹੋਏ ਸਿਮਰਨ ਦੀ ਸ਼ਕਤੀ ਨਾਲ ਕੱਟੀ ਕਾਲ ਪੈ ਫਾਸੀ, ਮੇਰੀ ਕਾਲ ਦੀ ਫਾਹੀ ਕੱਟੀ ਗਈ। ਦਾਸ ਕਮੀਰ ਚੜਿਓ ਗਾੜੀ ਉੱਪਰ ਰਾਜ ਲਿਓ ਅਬਿਨਾਸੀ। ਕਬੀਰ ਨੇ ਆਪਣੇ ਮਨ 'ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਸਦੀਵ ਰਾਜ ਭਾਵ ਪ੍ਰਭੂ ਪਰਮਾਤਮਾ ਵਿੱਚ ਮਿਲਾਪ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਇਹ ਕਾਹਦੇ ਕਰਕੇ ਹੋਈ? ਭਗਵਤ ਭੀਰ ਸਖਤ ਸਿਮਰਨ ਕੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਔਰ ਉਸ ਸੰਗਤ ਵਿੱਚ ਮਿਲ ਕੇ ਜਪੇ ਹੋਏ ਨਾਮ ਕਰਕੇ। ਜਿਨ੍ਹਾਂ ਦਿਸਾਂਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੀ, ਇਹ ਸਾਡੇ ਮਿੱਤਰ ਹਨ। ਹਉ ਟੁੜੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੜਾ ਪਿਆਰਾ ਨਿਰਣਾ ਦੇ ਰਹੇ ਆ ਇੱਥੇ। ਆਖਦੇ ਹਨ ਹਉ ਟੁੜੇਂਦੀ ਜੱਗ ਸਬਾਇਆ, ਸਮੁੱਚਾ ਜੱਗ ਢੂੰਡਿਆ ਹੈ ਜਨ ਨਾਨਕ ਵਿਰਲੇ ਕੇ, ਪਰ ਵਿਰਲੇ ਵਿਰਲੇ ਮਿਲੇ ਆ। ਲਿਬਾਸ ਬੜਿਆਂ ਦਾ ਹੈ, ਪਹਿਰਾਵਾ ਬੜਿਆਂ ਦਾ ਹੈ, ਵਿਖਾਵਾ ਬੜਿਆਂ ਦਾ, ਜਿਹੜੇ ਦਾਅਵਾ ਕਰਦੇ ਆ ਰੱਬ ਨਾਲ ਮਿਲੇ ਹਾਂ ਅਤੇ ਮੇਲ ਦਿਆਂਗੇ। ਕਹਿੰਦੇ ਬਹੁਤੇ ਵਿਖਾਵਿਆਂ ਦੇ ਪਿੱਛੇ ਲੋਕ ਤੁਰ ਪੈਂਦੇ ਆ। ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ, ਕਬੀਰ ਸਾਹਿਬ ਜੀ ਕਹਿੰਦੇ, ਡਿੱਠਾ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ। ਬਹੀਰਾਂ ਘੱਤੀਆਂ ਲੋਕਾਂ ਨੇ, ਇੰਨਾ ਵੱਡਾ ਕਾਫਲਾ ਜਾ ਰਿਹਾ ਉਹਨਾਂ ਦੇ ਪਿੱਛੇ, ਪਰ ਕਹਿੰਦੇ ਇੱਕ ਅਵਘਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ। ਉਹ ਮਾਰਗ ਜਿਹੜਾ ਰੱਬ ਤੱਕ ਲੈ ਕੇ ਜਾਂਦਾ ਸੀ ਉੱਥੇ ਕਬੀਰ ਇਕੱਲਾ ਹੈ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਵਿਰਲੇ ਆ, ਪੂਰੇ ਜੱਗ ਵਿੱਚ ਢੂੰਡਿਆਂ ਬਸ ਇੰਨੇ ਕੀ ਲੱਭੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਸਥਾਪਿਤ ਕਰਦੇ ਆ। ਹੈ ਤਾਂ ਬੜੇ ਸੀ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਸੀ, ਛੱਜੂ ਕਾਨਾ ਪੀਲੂ ਸ਼ਾਹ ਹੁਸੈਨ, ਇਹ ਆਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ। ਕਹਿੰਦੇ ਸਾਡੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਲਓ। ਸਤਿਗੁਰੂ ਜੀ ਨੇ ਆਖਿਆ ਇਹ ਬਾਣੀ ਨਾ ਮੇਰੀ ਹੈ ਅਤੇ ਨਾ ਤੁਹਾਡੀ ਹੈ, ਇਹ ਬਾਣੀ ਹੈ ਅਕਾਲ ਪੁਰਖ ਵਾਹਿਗੁਰੂ ਦੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਉਹਨਾਂ ਆਖਿਆ ਤੁਸੀਂ ਕਿੰਨਿਆਂ ਦੀ ਤਾਂ ਲਿਖ ਚੁੱਕੇ ਹੋ ਬਾਣੀ, ਸਾਡੀ ਵੀ ਲਿਖ ਦਿਓ। ਸਾਹਿਬ ਜੀ ਆਖਦੇ ਉਹਨਾਂ ਦੇ ਅੰਦਰ ਪ੍ਰਭੂ ਪਰਮਾਤਮਾ ਨੇ ਪ੍ਰਗਟ ਹੋ ਕਰਕੇ ਇਹ ਅੰਮ੍ਰਿਤ ਬੋਲ ਮਨੁੱਖਤਾ ਦੇ ਭਲੇ ਲਈ ਉਹਨਾਂ ਦੇ ਮੁਖਾਰ ਬਿੰਦੂ ਵਿੱਚੋਂ ਆਖਿਆ, ਜੇ ਰੱਬ ਤੁਹਾਡੇ ਹਿਰਦੇ 'ਚ ਵੀ ਪ੍ਰਗਟ ਹੋ ਕੇ ਕੋਈ ਅਗੰਮੀ ਬੋਲ ਉਚਾਰਦਾ ਪਿਆ ਤਾਂ ਮੈਂ ਜ਼ਰੂਰ ਅੰਕਿਤ ਕਰਾਂਗਾ। ਪਰ ਜਦੋਂ ਉਹਨਾਂ ਨੇ ਆਪਣੇ ਬੋਲ ਕਹੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਗੁਰਮਤਿ ਦੀ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ, ਇਹਨਾਂ ਵਿੱਚੋਂ ਹਉਮੈ ਦੀ ਬਦਬੂ ਆ ਰਹੀ ਹੈ, ਇਹਨਾਂ ਵਿੱਚੋਂ ਸੰਸਾਰ ਦੇ ਜੀਵਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੋ ਰਿਹਾ ਹੈ, ਇਹਨਾਂ ਵਿੱਚੋਂ ਸਮਾਜ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਣ ਦੀ ਪ੍ਰੇਰਣਾ ਮਿਲ ਰਹੀ ਹੈ। ਇਸ ਲਈ ਮੈਂ ਇਹਨਾਂ ਨੂੰ ਸਦੀਵ ਕਾਲ ਸੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਕਦੇ ਲਿਖ ਨਹੀਂ ਸਕਦਾ। ਅਤੇ ਦਾਅਵਾ ਕੀਤਾ ਸੀ ਛੱਜੂ ਨੇ ਕਿ ਮਹਾਰਾਜ ਤੁਹਾਨੂੰ ਪਤਾ ਨਹੀਂ ਹੈ, ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਚੰਦੂ ਮੇਰੇ ਚਾਚੇ ਦਾ ਪੁੱਤ ਹੈ, ਕਲਾਨੌਰ ਦਾ ਰਹਿਣ ਵਾਲਾ, ਅਤੇ ਮੈਂ ਸ਼ਿਕਾਇਤ ਕਰਕੇ ਤੁਹਾਡੀ ਇਹ ਸਾਰੀ ਕੀਤੀ ਘਾਲ ਜਿਹੜੀ ਹੈ ਇੱਥੇ ਹੀ ਰੁਕਵਾ ਦੂੰਗਾ, ਮੈਂ ਛੱਪਣ ਨਹੀਂ ਦਿਊਂਗਾ, ਮੈਂ ਪ੍ਰਕਾਸ਼ਿਤ ਨਹੀਂ ਹੋਣ ਦਿਊਂਗਾ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਚਿਰ ਤੁਸੀਂ ਮੇਰੀ ਰਚਨਾ ਇਹਦੇ 'ਚ ਨਾ ਲਿਖੀ।
ਤੇ ਮਹਾਰਾਜ ਨੇ ਸਹਿਜ ਸੁਭਾਈ ਇਹ ਗੱਲ ਆਖ ਦਿੱਤੀ, ਕਹਿੰਦੇ ਜੇ ਪਹੁੰਚੇਗਾ ਤੇ ਤਾਂ ਹੀ ਸ਼ਿਕਾਇਤ ਕਰੇਗਾ ਨਾ। ਲਾਹੌਰ ਜਾਂਦਿਆਂ ਰਾਹ ਵਿੱਚ ਹਨੇਰੀ ਆਈ ਤੇ ਰੱਥ ਵਾਲਾ ਘੋੜਾ ਤ੍ਰਪਕ ਗਿਆ ਤੇ ਰੱਥ ਜਿਹੜਾ ਉਹ ਥੱਲੇ ਰਾਹੋਂ ਡਿੱਗ ਪਿਆ, ਥੱਲੇ ਆ ਕੇ ਉਹਦੀ ਮੌਤ ਹੋ ਗਈ। ਤੇ ਚੰਦੂ ਨੇ ਇਹ ਵੀ ਦੋਸ਼ ਗੁਰੂ ਅਰਜਨ ਦੇਵ ਜੀ ਤੇ ਲਾ ਕੇ ਜਹਾਂਗੀਰ ਨੂੰ ਆਖਿਆ ਕਿ ਮੇਰੇ ਚਚੇਰੇ ਭਰਾ ਦਾ ਕਤਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਰਵਾਤਾ। ਸੋ ਆਪਣਾ ਵਿਸ਼ਾ ਇਹ ਸੀ ਵੀ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਿਆ ਉਹ ਵਿਰਲੇ ਆ, ਮਨੁੱਖ ਭੁਲੇਖੇ ਦਾ ਸ਼ਿਕਾਰ ਨਾ ਹੋਈ। ਜਿਹ ਮਾਰਗ ਪੰਡਿਤ ਗਏ ਪਾਤਸ਼ਾਹ ਪਰੀ ਬਹੀਰ, ਲੋਕਾਂ ਨੂੰ ਤੁਰਿਆ ਜਾਂਦਿਆਂ ਵੇਖ ਕੇ ਤੂੰ ਵੀ ਆਖੇ ਰਾਹ ਸਹੀ ਹੋਵੇਗਾ ਮੈਂ ਵੀ ਤੁਰ ਪਾਂ, ਨਹੀਂ ਆਪਣੀ ਬੁੱਧੀ ਤੋਂ ਕੰਮ ਲਈ, ਫੈਸਲਾ ਕਰੀ, ਵਿਚਾਰ ਕਰੀ ਵੀ ਕੀ ਜਿੱਧਰ ਇੰਨੇ ਲੋਕ ਜਾ ਰਹੇ ਵਾਕਈ ਸਹੀ ਹੈ ਕਿ ਦੁਨੀਆਦਾਰੀ ਦੀ ਉਹ ਗੱਲ ਵਾਂਗ ਜਗਤ ਕੀ ਭੇਡਾ ਚਾਲ ਹੈ ਚਲਤੇ ਕਿ ਪਾਤਸ਼ਾਹ ਚੱਲੈ ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤ। ਕਿ ਮਨੁੱਖ ਆਪ ਵੀ ਕੁਝ ਸੋਚਦਾ ਹੈ, ਜੇ ਪੰਡਿਤ ਨੇ ਆਖਤਾ ਸੂਰਜ ਨੂੰ ਪੂਜਣਾ ਤੇ ਸੂਰਜ ਨੂੰ ਪੂਜਣ ਲੱਗ ਗਏ, ਜੇ ਆਖਤਾ ਚੰਦਰਮਾ ਨੂੰ ਪੂਜਣਾ ਤੇ ਚੰਦਰਮਾ ਨੂੰ ਪੂਜਣ ਲੱਗ ਗਏ, ਜੇ ਆਖਿਆ ਨਦੀਆਂ ਦੀ ਪੂਜਾ ਕਰਨੀ ਹੈ ਤੇ ਨਦੀਆਂ ਨੂੰ ਪੂਜਣ ਲੱਗ ਗਏ, ਕਦੇ ਸੋਚਿਆ ਵੀ ਹੈ ਵੀ ਇਹ ਸਾਰੀਆਂ ਦਾਤਾਂ ਤੇ ਮਨੁੱਖ ਨੂੰ ਵਾਹਿਗੁਰੂ ਨੇ ਸਹੂਲਤਾਂ ਬਖਸ਼ੀਆਂ ਨੇ ਤੇ ਜਿਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਪਿਆ ਬ੍ਰਾਹਮਣ ਮੇਰੇ ਤੋਂ ਮੁਦਤਾਂ ਤੋਂ ਕਰਵਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਖਦੀ ਐਸ ਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਕਿ ਇਸ ਪਵਿੱਤਰ ਮਨੁੱਖਾ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਆ, ਤੂੰ ਵੱਡਾ ਹੋ ਕੇ ਤੇ ਨਿੱਕਿਆਂ ਦੀ ਪੂਜਾ ਵਿੱਚ ਉਲਝਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਰਗ ਚੁਣੀ ਜਿਸ ਮਾਰਗ 'ਤੇ ਸਫਲਤਾ ਮਿਲੇ ਹੈ। ਵਿਰਲੇ ਨੇ ਸੰਸਾਰ ਵਿੱਚ ਜਿਹੜੇ ਸਫਲ ਹੋਏ ਆ, ਜਿਹੜੇ ਪ੍ਰਵਾਨ ਹੋਏ ਆ, ਜਿਨ੍ਹਾਂ ਬਾਰੇ ਬਾਣੀ ਆਖਦੀ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਪਣੀਐ। ਜਿਹਦੀ ਰਸਨਾ ਸਦਾ ਪਰਮਾਤਮਾ ਦੀ ਸਿਫਤ ਕਰਦੀ ਹੈ ਨਾ, ਉਹਨੂੰ ਆਪਣਾ ਮਿੱਤਰ ਬਣਾਵੇ, ਉਹਦੇ ਨਾਲ ਸਾਂਝ ਪਾਈ ਔਰ ਉਹਦੀ ਜ਼ਿੰਦਗੀ ਤੋਂ ਕੁਝ ਸਿੱਖਿਆ ਧਾਰਨ ਕਰੀ। ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਪਿਆਰ ਨਾਲ ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਕੁਝ ਬੀਬੀਆਂ ਸੁਹਾਗਣਾਂ ਹੁੰਦੀਆਂ ਸੰਸਾਰ ਵਿੱਚ ਅਤੇ ਕੁਝ ਦੁਹਾਗਣਾਂ ਹੁੰਦੀਆਂ ਨੇ। ਸੁਹਾਗਣ ਅਤੇ ਦੁਹਾਗਣ ਵਿੱਚ ਇਹ ਫਰਕ ਹੈ, ਸੁਹਾਗਣ ਉਹ ਹੈ ਜਿਹਦੀ ਕਰਨੀ ਤੋਂ ਉਹਦਾ ਪਤੀ ਪ੍ਰਸੰਨ ਹੈ ਅਤੇ ਦੁਹਾਗਣ ਉਹ ਹੈ ਜਿਹਦੀ ਕਰਨੀ ਤੋਂ ਉਹਦਾ ਜੀਵਨ ਸਾਥੀ ਸੰਤੁਸ਼ਟ ਨਹੀਂ ਹੈ, ਪ੍ਰਸੰਨ ਨਹੀਂ ਹੈ। ਅਤੇ ਜੇਕਰ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਆਪਣੇ ਪਤੀ ਪਰਮਾਤਮਾ ਦਾ ਜੀਵ ਪਿਆਰ ਚਾਹੁੰਦਾ ਹੈ ਨਾ, ਤਾਂ ਕਿਸੇ ਸੁਹਾਗਣ ਭੈਣ ਨੂੰ ਪੁੱਛ ਵੀ ਕਿਹੜੇ ਗੁਣ ਹੋਣ। ਇੱਥੇ ਸੁਹਾਗਣ ਤੋਂ ਭਾਵ ਆ ਕਿਸੇ ਰੱਬ ਨਾਲ ਮਿਲੀ ਹੋਈ ਆਤਮਾ ਨੂੰ ਪੁੱਛ ਵੀ ਰੱਬ ਨਾਲ ਕਿਵੇਂ ਮਿਲਾਪ ਹੋਵੇ, ਕਿਹੜੇ ਬੋਲ ਬੋਲਾਂ, ਕਿਸ ਤਰ੍ਹਾਂ ਦਾ ਵਰਤਾਅ ਕਰਾਂ, ਕਿਸ ਤਰ੍ਹਾਂ ਦਾ ਸ਼ਿੰਗਾਰ ਕਰਾਂ ਕਿ ਮੇਰਾ ਪਰਮਾਤਮਾ ਮੇਰੇ 'ਤੇ ਪ੍ਰਸੰਨ ਹੋ ਜੇ। ਅਤੇ ਫਿਰ ਰੱਬ ਨਾਲ ਮਿਲੀ ਹੋਈ ਆਤਮਾ ਭਗਤ ਸਾਹਿਬ ਜੀ ਆਖਦੇ ਨਿਵਣ ਸੋ ਅੱਖਰ ਖਾਵਣ ਗੁਣ ਜਿਹ ਬਾ ਮਣੀਆਂ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਮਿਲੀ ਹੋਈ ਆਤਮਾ ਮਿਲਣ ਦਾ ਰਾਹ ਦੱਸਦੀ ਹੈ ਅਤੇ ਜਿਹੜਾ ਆਪ ਹੀ ਨਾ ਮਿਲਿਆ ਹੋਵੇ, ਜਿਹਦੇ ਬਾਰੇ ਬਾਣੀ ਆਖੇ ਆਪ ਡੁੱਬੇ ਚੌਹ ਬੇਦ ਮੈਂ ਚੇਲੇ ਦੀਏ ਬਹਾਏ, ਜਿਹੜਾ ਆਪ ਹੀ ਉਲਝ ਕੇ ਰੁੜ ਗਿਆ ਉਹਦੇ ਪਿੱਛੇ ਲੱਗਣ ਵਾਲਾ ਕਿੱਥੋਂ ਤਰ ਜਾਏਗਾ। ਇਸ ਲਈ ਸਤਿਗੁਰੂ ਜੀ ਆਖਦੇ ਆ ਮਹਾਨ ਗੁਰਸਿੱਖਾਂ ਦਾ ਇਤਿਹਾਸ ਸਾਡੇ ਕੋਲ ਹੈ। ਕਦੇ ਦੇਖ ਸਾਹਿਬ ਬਾਬਾ ਦੀਪ ਸਿੰਘ ਦੇ ਜੀਵਨ ਨੂੰ, ਕਦੇ ਝਾਤ ਮਾਰ ਸਿੰਘ ਸਾਹਿਬ ਭਾਈ ਮਨੀ ਸਿੰਘ ਦੀ ਜੀਵਨੀ 'ਤੇ, ਕਦੇ ਤੱਕ ਦੇਗ ਵਿੱਚ ਉਬਲਦੇ ਭਾਈ ਦਿਆਲੇ ਨੂੰ, ਕਦੇ ਤੱਕ ਰੂੰ ਦੀ ਪੰਡ ਵਿੱਚ ਸੜਦੇ ਭਾਈ ਸਤੀ ਦਾਸ ਨੂੰ, ਕਦੇ ਦੇਖ ਆਰੇ ਨਾਲ ਚੀਰੇ ਜਾ ਰਹੇ ਮਤੀ ਦਾਸ ਨੂੰ, ਉਹਨਾਂ ਦੇ ਸਿਦਕ ਨੂੰ ਸਜਦਾ ਕਰ ਅਤੇ ਅਰਦਾਸ ਕਰ ਸੱਚਿਆ ਪਾਤਸ਼ਾਹ, ਜਿਵੇਂ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਇੰਨਾ ਮਹਾਨ ਸਿਦਕ ਦੇ ਕੇ ਨਿਵਾਜਿਆ ਹੀ, ਇਵੇਂ ਮੇਰੇ ਵੀ ਸਿਰ 'ਤੇ ਹੱਥ ਰੱਖ। ਕਿਉਂਕਿ ਜਦੋਂ ਤੁਹਾਡਾ ਹੱਥ ਸਿਰ 'ਤੇ ਰੱਖਿਆ ਜਾਵੇ ਨਾ ਤਾਂ ਆ ਬੁਰਾਈਆਂ ਤਾਂ ਫਿਰ ਸਰੀਰ 'ਚੋਂ ਭੱਜ ਜਾਂਦੀਆਂ ਨੇ। ਬਾਣੀ ਆਖਦੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਮੇਰੇ ਹਿਰਦੇ 'ਚ ਪ੍ਰਗਟ ਹੋਵੋ ਤਾਂ ਕਿ ਵਿਕਾਰ ਮੇਰੀ ਜ਼ਿੰਦਗੀ ਨੂੰ ਛੱਡ ਕੇ ਚਲੇ ਜਾਣ। ਨਸ ਵੰਝੋਂ ਕਿਲ ਵਿਖੋ ਕਰਤਾ ਘਰ ਆਇਆ ਰਾਮ। ਸਾਹਿਬ ਜੀ ਆਖਦੇ
ਜਿਨ੍ਹਾਂ ਦੇ ਜੀਵਨ ਸਵਾਰੇ ਗਏ ਨੇ ਉਹ ਇਸ ਸੰਸਾਰ ਵਿੱਚ ਬੜੇ ਥੋੜ੍ਹੇ ਆ ਪਰ ਹੈ ਬੜੇ ਮਹਾਨ। ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਪਰ ਉਹਨਾਂ ਦੇ ਜੀਵਨ ਦੀ ਬਰਕਤ ਬੜੀ ਵੱਡੀ ਹੈ, ਥੋੜ੍ਹੇ ਆ ਪਰ ਬਹੁਤਿਆਂ ਵਾਸਤੇ ਮਿਸਾਲ ਨੇ, ਬਹੁਤਿਆਂ ਵਾਸਤੇ ਮਿਸਾਲ, ਕਿਉਂਕਿ ਗੁਰਸਿੱਖਾਂ ਦੀ ਗਿਣਤੀ ਤਾਂ ਸੰਸਾਰ ਦੀ ਗਿਣਤੀ ਨਾਲੋਂ ਬਹੁਤ ਥੋੜ੍ਹੀ ਹੈ, ਪਰ ਗੁਰਸਿੱਖਾਂ ਦੀ ਕਰਨੀ ਦੁਨੀਆ ਨਾਲੋਂ ਬੜੀ ਮਹਾਨ ਹੈ। ਸਾਹਿਬ ਜੀ ਆਖਦੇ ਹਉ ਢੂੰਡੇਂਦੀ ਜੱਗ ਸੁਬਾਇਆ ਜਨ ਨਾਨਕ ਵਿਰਲੇ ਕੇ, ਤਲੀ 'ਤੇ ਸਿਰ ਰੱਖ ਕੇ ਲੜਨ ਵਾਲੇ ਵਿਰਲੇ ਆ, ਬੰਦ ਬੰਦ ਕਟਵਾਉਣ ਵਾਲੇ, ਖੋਪਰ ਲੁਹਾਉਣ ਵਾਲੇ, ਚਰਖੜੀਆਂ 'ਤੇ ਚੜ੍ਹਨ ਵਾਲੇ, ਦੁਨੀਆ 'ਤੇ ਉਂਗਲਾਂ 'ਤੇ ਗਿਣਨ ਵਾਲੇ ਆ। ਕਹਿੰਦੇ ਜਿਹੜੇ ਉਂਗਲਾਂ 'ਤੇ ਗਿਣਨ ਵਾਲੇ ਥੋੜ੍ਹੇ ਜਿਹੇ ਆ ਨਾ, ਉਹਨਾਂ ਨੂੰ ਹੀ ਆਪਣਾ ਮਿੱਤਰ ਬਣਾਵੀਂ, ਉਹਨਾਂ ਨੇ ਹੀ ਤੇਰੀ ਜ਼ਿੰਦਗੀ ਦੀ ਦੁਰਮਤ ਨੂੰ ਵੰਜਣਾ ਹੈ। ਅਤੇ ਪੌੜੀ ਵਿੱਚ ਸਾਹਿਬ ਜੀ ਬਖਸ਼ਿਸ਼ ਕਰਦੇ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਸਾਹਿਬ ਜੀ ਆਖਦੇ ਤੇਰੀ ਭਗਤੀ ਕਰਨ ਵਾਲੇ, ਭਗਤ ਦੇ ਅਰਥ ਕੀ ਹੁੰਦੇ ਆ? ਭਗਤ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਉਹ ਹੁੰਦਾ ਜਿਹਦੇ ਕੋਲ ਬਹੁਤ ਸਾਰੀ ਸਿਆਣਪ ਹੋਵੇ, ਪਰ ਆਪਣੀ ਸਿਆਣਪ ਨਾਲ ਲੋਕਾਂ ਵਿੱਚ ਚਰਚਾ ਕਰਕੇ ਲੋਕਾਂ ਨੂੰ ਹਰਾਉਣ ਲਈ ਆਪਣੀ ਸਿਆਣਪ ਨਾਲ ਵਰਤਦਾ ਹੋਵੇ। ਬੜੇ ਸਹਿਜ ਵਿੱਚ ਮਤ ਹੁੰਦੀ ਹੋਏ ਇਆਣਾ, ਮਤ ਹੁੰਦੀ ਹੋਏ ਇਆਣਾ ਹੋ ਕੇ ਵਿਚਰੇ। ਇੱਕ ਚਿਹਰਾ ਮੇਰੀ ਜ਼ਿੰਦਗੀ 'ਚ ਕਿਸੇ ਵੇਲੇ ਵੀ ਮੈਨੂੰ ਭੁੱਲਦਾ ਨਹੀਂ ਹੈ, ਜਿਹੜਾ ਮੈਂ ਜਿਉਂਦਿਆਂ ਤਾਂ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਪਰ ਪੁਸਤਕਾਂ ਵਿੱਚੋਂ ਤੱਕਿਆ, ਉਹ ਚਿਹਰਾ ਹੈ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦਾ। ਯਾਦ ਕਰੋ, ਅੱਜ ਇੰਗਲਿਸ਼ ਮੀਡੀਅਮ ਵਿੱਚ ਬੱਚੇ ਪੜ੍ਹ ਰਹੇ ਆ, 20ਵੀਂ ਸਦੀ ਦੇ ਆਰੰਭ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਉਹਨਾਂ ਨੇ ਮੈਟ੍ਰਿਕ ਦੀ ਪੜ੍ਹਾਈ ਇੰਗਲਿਸ਼ ਮੀਡੀਅਮ ਵਿੱਚ ਕੀਤੀ ਸੀ। ਇੰਗਲਿਸ਼ ਮੀਡੀਅਮ ਵਿੱਚ ਪੜ੍ਹੇ ਭਗਤ ਪੂਰਨ ਸਿੰਘ ਪਿੰਗਲਵਾੜੇ ਦੀ ਹਾਲਤ ਦੇਖੋ, ਮਤ ਹੁੰਦੀ ਹੋਏ ਇਆਣਾ, ਉਹ ਵਿਚਰਦਾ, ਉਹਦੇ ਗਲ ਪਾਉਣ ਲਈ ਕੁੜਤਾ ਕੋਈ ਨਹੀਂ ਹੈਗਾ, ਉਹਦੇ ਪੈਰਾਂ 'ਚ ਪਹਿਨਣ ਲਈ ਜੁੱਤਾ ਕੋਈ ਨਹੀਂ ਹੈਗਾ, ਉਹਦੇ ਸਿਰ 'ਤੇ ਪੱਗ ਕੋਈ ਨਹੀਂ, ਇੱਥੋਂ ਤੱਕ ਕਿ ਦਾੜਾ ਸਵਾਰਨ ਦਾ ਸਮਾਂ ਤੱਕ ਨਹੀਂ ਹੈਗਾ। ਬਸ ਉਹਦੇ ਅੰਦਰ ਇੱਕੋ ਹੀ ਤਾਂਘ ਹੈ ਕਿ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ, ਮੇਰੇ ਜਿਉਂਦਿਆਂ ਕੋਈ ਰੁਲੇ ਨਾ, ਮੈਂ ਉਹਨਾਂ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇੰਨਾ ਕੁ ਪਿਆਰ ਦੇਵਾਂ ਕਿ ਤੁਰ ਅੰਦਰੋਂ ਉਹਨਾਂ ਦੀ ਰੂਹ ਖੁਸ਼ ਹੋ ਜਾਵੇ ਅਤੇ ਉਸ ਖੁਸ਼ ਹੋਈ ਰੂਹ ਵਿਚਲਾ ਰੱਬ ਮੈਨੂੰ ਅਸੀਸ ਦੇਵੇ ਅਤੇ ਮੇਰੀ ਜ਼ਿੰਦਗੀ ਸਫਲ ਹੋ ਜਾਵੇ। ਕਹਿੰਦਾ ਹੈਰਾਨ ਹੋ ਜਾਂਦੇ ਸਨ ਸੀਨੀਅਰ ਅੰਗਰੇਜ਼ ਅਫਸਰ ਜਦ ਮੈਂ ਸਟੇਸ਼ਨਾਂ 'ਤੇ ਖੜ੍ਹ ਕੇ ਫਰਾਟੇਦਾਰ ਇੰਗਲਿਸ਼ ਬੋਲਦਾ ਸਾਂ ਅਤੇ ਉਹਨਾਂ ਤੋਂ ਇਹਨਾਂ ਲੋੜਵੰਦਾਂ ਦੀ ਮਦਦ ਲਈ ਦਾਨ ਮੰਗਦਾ ਸਾਂ, ਅਤੇ ਕਈ ਅਫਸਰਾਂ ਨੇ ਆਖਿਆ ਕਿਹੜੇ ਕੰਮ 'ਚ ਉਲਝਿਆ ਪਿਆ ਹੈ, ਵੱਡੇ ਅਹੁਦੇ 'ਤੇ ਤੈਨੂੰ ਨਿਰਧਾਰਿਤ ਕਰ ਸਕਦੇ ਹਾਂ ਜਿੰਨੀ ਤੇਰੀ ਪੜ੍ਹਾਈ ਹੈ, ਪਰ ਉਹਨੇ ਆਖਿਆ ਮੈਨੂੰ ਅਹੁਦੇ ਨਹੀਂ ਚਾਹੀਦੇ, ਮੈਨੂੰ ਇਹਨਾਂ ਦੀ ਸੇਵਾ ਵਾਸਤੇ ਕੁਝ ਮਦਦ ਚਾਹੀਦੀ ਹੈ। ਐਸੇ ਰੱਬ ਦੇ ਪਿਆਰਿਆਂ ਦਾ ਨਾਂ ਸੁਣ ਕੇ ਹੀ ਰੱਬ ਚੇਤੇ ਆ ਜਾਂਦਾ ਹੈ। ਸਾਹਿਬ ਜੀ ਆਖਦੇ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਕਿਤੇ ਉਹਨਾਂ ਦੀ ਜੀਵਨੀ ਪੜ੍ਹ ਕੇ ਦੇਖਿਓ, ਇਹ ਦਿਲ ਜਿਹੜਾ ਹੈ ਨਾ, ਇਹਦੇ ਅੰਦਰੋਂ ਇੱਕ ਐਸਾ ਅਹਿਸਾਸ ਪ੍ਰਗਟਦਾ ਹੈ ਜਿਹੜਾ ਅੱਖਾਂ ਰਾਹੀਂ ਹੰਝੂ ਬਣ ਕੇ ਵਹਿਣ ਲੱਗ ਜਾਂਦਾ ਹੈ ਕਿ ਰੱਬ ਦਿਆ ਪਿਆਰਿਆ, ਤੈਨੂੰ ਕਿੰਨਾ ਕੁ ਰੱਬ ਨੇ ਹਿਰਦਾ ਵਿਸ਼ਾਲ ਦਿੱਤਾ ਹੋਵੇਗਾ। ਤੂੰ ਇਸ ਸੰਸਾਰ ਵਿੱਚ ਦੇਖਦਾ ਹੈ ਲੋਕ ਆਪਣਿਆਂ ਨੂੰ ਛੱਡ ਕੇ ਚਲੇ ਜਾਂਦੇ ਆ ਜਦੋਂ ਔਖਾ ਵੇਲਾ ਆਉਂਦਾ ਆ, ਤੂੰ ਜਿਨ੍ਹਾਂ ਨਾਲ ਤੇਰੀ ਕੋਈ ਸਾਂਝ ਵੀ ਨਹੀਂ ਸੀ, ਤੇਰਾ ਕੋਈ ਰਿਸ਼ਤਾ ਵੀ ਨਹੀਂ ਸੀ, ਉਹਨਾਂ ਨੂੰ ਆਪਣਿਆਂ ਨਾਲੋਂ ਵੀ ਵੱਧ ਪਿਆਰ ਦਿੱਤਾ ਹੈ, ਤੇਰੇ ਚਰਨਾਂ 'ਤੇ ਨਮਸਕਾਰ ਹੈ। ਚੇਤੇ ਆਉਂਦਾ ਹੈ ਨਾ ਰੱਬ ਐਸੇ ਗੁਰਮੁਖਾਂ ਨੂੰ ਸੁਣ ਕੇ ਵੇਖ ਕੇ ਅਤੇ ਪੜ੍ਹ ਕੇ। ਸਾਹਿਬ ਜੀ ਆਖਦੇ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ। ਕਹਿੰਦੇ ਮਨੁੱਖ ਐਸੇ ਗੁਰਮੁਖਾਂ ਦਾ ਸੰਗ ਕਰਕੇ, ਐਸੇ ਗੁਰਮੁਖਾਂ ਦੇ ਜੀਵਨ ਤੋਂ ਜਾਣੂ ਹੋ ਕੇ ਮਨ ਕੀ ਕੱਟੀਐ ਮੈਲ, ਅਹਿਸਾਸ ਜਿਹਾ ਪ੍ਰਗਟ ਹੁੰਦਾ ਨਾ ਵੀ ਕਿਹੜੀ ਉਲਝਣ ਵਿੱਚ ਉਲਝੇ ਹੋਏ ਹਾਂ, ਸਭ ਕੁਝ ਖੱਟ ਕਮਾ ਕੇ ਇੱਕੋ ਥਾਂ ਹੀ ਲਿਆ ਕੇ ਢੇਰੀ ਕਰੀ ਜਾਂਦੇ ਹਾਂ, ਕੇਵਲ 2-4 ਮੈਂਬਰਾਂ ਦੀ ਜ਼ਿੰਮੇਵਾਰੀ ਲਈ ਜਿਉਂ ਰਹੇ ਹਾਂ। ਕਿਤੇ ਸਾਡੇ ਅੰਦਰ ਵੀ ਉਹੋ ਜਿਹਾ ਉਤਸ਼ਾਹ ਪੈਦਾ ਹੋਵੇ, ਅਸੀਂ ਵੀ ਇਨਸਾਨੀਅਤ ਦੀ ਸੇਵਾ ਲਈ ਤਿਲ ਫੁੱਲ ਭੇਟ ਕਰ ਸਕੀਏ। ਇੱਕ ਪਲ ਤਾਂ ਅਹਿਸਾਸ ਹੁੰਦਾ ਹੀ ਆ ਨਾ ਗੁਰਮੁਖਾਂ ਦਾ ਨਾਂ ਸੁਣ ਕੇ, ਜਦ ਜੇ ਚੇਤਾ ਆਉਂਦਾ ਭਾਈ ਘਨੱਈਆ ਜੀ ਦਾ, ਅਤੇ ਅਹਿਸਾਸ ਜਿਹਾ ਤਾਂ ਹੁੰਦਾ ਹੀ ਆ ਨਾ ਮਨ 'ਚ ਵੀ ਨਫ਼ਰਤ ਮੇਟੀ ਜਾਵੇ, ਵੈਰੀ ਮਿੱਤਰ ਇੱਕੋ ਜਿਹਾ ਦਿਸਣ ਹੀ ਲੱਗ ਪਵੇ।
ਅਤੇ ਜੇ ਅਸੀਂ ਰੋਜ਼ ਆਪਣੀ ਜ਼ਿੰਦਗੀ ਵਿੱਚ ਇੱਕ ਇੱਕ ਗੁਰਮੁਖ ਦੇ ਜੀਵਨ ਨੂੰ ਵਾਚਣ ਲੱਗ ਜਾਈਏ, ਇੱਕ ਇੱਕ ਕਮਾਈ ਵਾਲੇ ਦੇ ਜੀਵਨ ਤੋਂ ਜਾਣੂ ਹੋਣ ਲੱਗ ਜਾਈਏ ਤਾਂ ਕੀ ਹੋਵੇਗਾ, ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠਿਆ। ਫਿਰ ਹੌਲੀ ਹੌਲੀ ਇਹ ਮੋਹ ਦੀ ਮੈਲ, ਇਹ ਲਾਲਚ ਦੀ ਮੈਲ, ਇਹ ਲੋਭ ਦੀ ਮੈਲ, ਇਹ ਤ੍ਰਿਸ਼ਨਾ ਦੀ ਮੈਲ ਮਨੁੱਖ ਦੇ ਹਿਰਦੇ ਵਿੱਚੋਂ ਖਤਮ ਹੋਣ ਲੱਗ ਜਾਵੇਗੀ। ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ। ਜਿਸ ਸ਼ਬਦ ਨੂੰ ਗੁਰੂ ਦੇ ਨੂੰ ਜਪ ਕੇ ਗੁਰੂ ਦੇ ਦਾਸਾਂ ਅਤੇ ਸੇਵਕਾਂ ਦਾ ਜਨਮ ਅਤੇ ਮਰਨ ਦਾ ਭਉ ਕੱਟਿਆ ਗਿਆ ਨਾ, ਜਨਮ ਅਤੇ ਮਰਨ ਦਾ, ਨਾ ਉਹਨਾਂ ਨੂੰ ਜੀਵਨ ਦੀ ਲਾਲਸਾ ਰਹੀ ਅਤੇ ਨਾ ਉਹਨਾਂ ਨੂੰ ਮੌਤ ਦਾ ਡਰ, ਕਿਉਂਕਿ ਸਾਡਾ ਗੁਰੂ ਵੀ ਵੇਪ ਮੁਹਤਾਜ ਹੈ, ਉਹਨੂੰ ਜਪਣ ਵਾਲੇ ਵੀ ਮੁਹਤਾਜ ਹੋ ਜਾਂਦੇ। ਸਾਹਿਬ ਮੇਰਾ ਬੇਮੁਹਤਾਜ, ਸਾਹਿਬ ਮੇਰੇ ਸੱਚਾ ਸਾਜ। ਬੇਮੁਹਤਾਜ ਜ਼ਿੰਦਗੀ ਉਦੋਂ ਹੁੰਦੀ ਹੈ ਜਦੋਂ ਜੀਵਨ ਦੀ ਲਾਲਸਾ ਅਤੇ ਮੌਤ ਦਾ ਡਰ ਮੁੱਕ ਜੇ। ਜਦੋਂ ਤੱਕ ਮਨੁੱਖ ਨੂੰ ਜੀਵਨ ਦੀ ਲਾਲਸਾ ਹੈ ਉਦੋਂ ਤੱਕ ਸੱਚ ਦੇ ਮਾਰਗ 'ਤੇ ਤੁਰਨ ਲੱਗਿਆਂ ਮਨੁੱਖ ਦੇ ਪੈਰ ਥਿਰਕਦੇ ਆ ਵੀ ਜੇ ਸੱਚ ਬੋਲਿਆ, ਜੇ ਸੱਚ ਕਿਹਾ ਤਾਂ ਕੋਈ ਮਾਰ ਹੀ ਨਾ ਦੇਵੇ। ਅਤੇ ਗੁਰਮੁਖ ਨੂੰ ਤਾਂ ਅਹਿਸਾਸ ਹੋ ਜਾਂਦਾ ਹੈ ਕਿ ਜਿਹੜੀ ਜ਼ਿੰਦਗੀ ਵਾਹਿਗੁਰੂ ਨੇ ਦਿੱਤੀ ਆ, ਗਣ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ। ਇਹ ਨਾ ਤਿਲ ਭਰ ਵਧਣੇ ਆ ਅਤੇ ਨਾ ਘਟਣੇ ਆ, ਨਾ ਕੋਈ ਸਮੇਂ ਤੋਂ ਪਹਿਲਾਂ ਮਾਰ ਸਕਦਾ ਅਤੇ ਨਾ ਆਈ ਮੌਤ ਨੂੰ ਕੋਈ ਮੋੜ ਸਕਦਾ। ਇਸ ਲਈ ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆ ਲੱਗ ਨਾ ਆਪ ਮਨਾਈਐ। ਨਾ ਉਹਨਾਂ ਨੂੰ ਮੌਤ ਦਾ ਡਰ ਰਹਿ ਜਾਂਦਾ ਹੈ, ਨਾ ਉਹਨਾਂ ਨੂੰ ਜੀਵਨ ਦੀ ਲਾਲਸਾ ਰਹਿ ਜਾਂਦੀ ਹੈ, ਅਤੇ ਉਹਨਾਂ ਦੀ ਪ੍ਰੇਰਣਾ ਨਾਲ ਅਨੇਕਾਂ ਮਨੁੱਖਾਂ ਵਿੱਚ ਮੌਤ ਨੂੰ ਵਰਨ ਦਾ ਚਾਹ ਪੈਦਾ ਹੋ ਜਾਂਦਾ ਹੈ। ਧੰਨ ਗੁਰੂ ਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਕਰਨ ਲੱਗੇ ਨਾ, ਤਾਂ ਔਰੰਗਜ਼ੇਬ ਨੇ ਆਖਿਆ ਕਿ ਮੇਰੀ ਅੰਤਮੀ ਵਾਰ, ਅਖੀਰਲੀ ਵਾਰ ਇਹ ਤਜਵੀਜ਼ ਹੈ, ਜੇ ਇਹਨੂੰ ਪ੍ਰਵਾਨ ਕਰ ਲਓ ਤਾਂ ਜ਼ਿੰਦਗੀ ਬਚ ਸਕਦੀ ਹੈ। ਅਤੇ ਮਹਾਰਾਜ ਨੇ ਆਖਿਆ ਮੈਂ ਕਦੇ ਤੇਰੇ ਤੋਂ ਜ਼ਿੰਦਗੀ ਦੀ ਭੀਖ ਨਹੀਂ ਮੰਗਦਾ। ਉਹ ਕਾਤਲ ਔਰੰਗਜ਼ੇਬ, ਤੂੰ ਬੜੇ ਕਤਲ ਕੀਤੇ ਆ, ਪਰ ਚੇਤੇ ਰੱਖੀ ਅੱਜ ਮੇਰਾ ਜਿਹੜਾ ਕਤਲ ਕਰਨ ਜਾ ਰਿਹਾ ਨਾ, ਇਹਦਾ ਮੁੱਲ ਬੜਾ ਵੱਡਾ ਹੈ। ਮੇਰੀ ਸਰਫਰੋਸ਼ੀ ਦਾ ਹਸ਼ਰ ਕੀ ਨਹੀਂ ਹੋਣਾ, ਅਤੇ ਇੱਥੋਂ ਮੌਤ ਦਾ ਵਪਾਰੀ ਬਣ ਕੇ ਵੀ ਜੀ ਨਹੀਂ ਹੋਣਾ। ਇੰਨਾ ਖੂਨ ਪੀ ਕੇ ਵੀ ਪਿਆਸਾ ਜਾਪਦਾ ਏ, ਮੈਂ ਇੰਨਾ ਖੂਨ ਵਹਾਂਗਾ ਕਿ ਤੈਥੋਂ ਪੀ ਨਹੀਂ ਹੋਣਾ। ਤੂੰ ਇੱਕ ਸਿਰ ਕੱਟੇਂਗਾ ਨਾ, ਹਜ਼ਾਰਾਂ ਸਿਰ ਤੇਰੇ ਅੱਗੇ ਅਣਖ ਨਾਲ ਉੱਚੇ ਹੋ ਕੇ ਖੜ ਜਾਣਗੇ, ਜਿਹੜੇ ਸਦੀਆਂ ਤੋਂ ਤੁਹਾਡੇ ਵੱਡਿਆਂ ਵਡੇਰਿਆਂ ਦੇ ਕਦਮਾਂ 'ਤੇ ਝੁਕੇ ਆ। ਵੱਢਦਿਆਂ ਵੱਢਦਿਆਂ ਤੇਰੀ ਤਲਵਾਰ ਥੱਕ ਜਾਏਗੀ, ਮੈਂ ਇੰਨਾ ਖੂਨ ਵਹਾਂਗਾ ਕਿ ਤੈਥੋਂ ਪੀ ਨਹੀਂ ਹੋਣਾ। ਮੇਰੀ ਇੱਕ ਸ਼ਹਾਦਤ ਅਨੇਕਾਂ ਸਿੱਖਾਂ ਨੂੰ ਜੂਝਣ ਵਾਸਤੇ ਤਿਆਰ ਕਰ ਦੇਵੇਗੀ। ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ। ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ। ਬੰਧਨ ਖੋਲਣ, ਜਕੜੇ ਹੋਏ ਮਨੁੱਖ ਨੂੰ ਸੁਤੰਤਰਤਾ ਮਿਲਦੀ ਹੈ ਗੁਰਮੁਖਾਂ ਦੀ ਸੰਗਤ ਵਿੱਚ। ਅਸੀਂ ਸੰਸਾਰ ਦੀ ਮਮਤਾ ਵਿੱਚ ਜਕੜੇ ਹੋਏ ਹਾਂ, ਬੱਝੇ ਹੋਏ ਹਾਂ। ਅਵਗੁਣਾਂ ਦੀਆਂ ਜ਼ੰਜੀਰਾਂ ਅਸੀਂ ਆਪ ਵੱਡੀਆਂ ਕਰ ਕਰਕੇ ਆਪਣੇ ਆਪ ਨੂੰ ਜਕੜ ਲਿਆ। ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ, ਜੇ ਗੁਣ ਹੋਣ ਤਾਂ ਕੱਟੀਐਨ ਸੇ ਭਾਈ ਸੇ ਵੀਰ। ਅਤੇ ਗੁਣ ਮਿਲਦੇ ਆ ਗੁਰਮੁਖਾਂ ਦੀ ਸੰਗਤ ਵਿੱਚ। ਦਿਨ ਦਿਨ ਦੂਣਾ ਹੇਤ, ਮਨੁੱਖ ਦੇ ਅੰਦਰ ਦੁੱਗਣਾ ਪਿਆਰ ਬਣਦਾ ਹੈ ਗੁਰਮੁਖਾਂ ਦੀ ਸੰਗਤ ਵਿੱਚੋਂ। ਜਦੋਂ ਮਨੁੱਖ ਦੇ ਬੰਧਨ ਖੁੱਲ੍ਹਦੇ, ਦੂਤ ਸਭ ਜਾਹੇ ਛਾਪ, ਜੋ ਬੁਰਾਈਆਂ ਨੇ, ਫਿਰ ਮਨੁੱਖ ਦਾ ਸਾਥ ਛੱਡ ਜਾਂਦੀਆਂ, ਮਨੁੱਖ ਦੀ ਜ਼ਿੰਦਗੀ ਵਿੱਚ ਗੁਣ ਜਿਹੜੇ ਆ ਉਹ ਵਸਣ ਲੱਗ ਜਾਂਦੇ ਆ। ਤਿਸ ਸਿਉਂ ਲਾਇਨ ਰੰਗ ਜਿਸ ਦੀ ਸਭ ਧਾਰੀ ਆ। ਗੁਰਮੁਖ ਆਪਣੇ ਪੈਰਾਂ ਦੀ ਪੂਜਾ ਨਹੀਂ ਕਰਵਾਉਂਦੇ, ਇਹ ਨਿਸ਼ਾਨੀ ਆ। ਗੁਰਮੁਖਾਂ ਦੇ ਲਿਬਾਸ ਵਿੱਚ ਜਿਹੜੇ ਠੱਗ ਹੁੰਦੇ ਆ ਨਾ, ਉਹ ਰੱਬ ਨਾਲ ਨਹੀਂ ਜੋੜਦੇ, ਉਹ ਆਪਣੇ ਨਾਲ ਜੋੜਦੇ। ਉਹ ਕਹਿੰਦੇ ਮੱਸਿਆ ਵੀ ਇੱਥੇ ਆਇਓ, ਪੁੰਨਿਆ ਵੀ ਇੱਥੇ ਹੀ ਆਇਓ, ਸੰਗਰਾਂਦ ਵੀ ਇੱਥੇ ਆਇਓ, ਜੋੜ ਮੇਲਾ ਵੀ ਨਾ ਭੁੱਲਿਓ, ਗਰਾਈ ਵੀ ਇੱਥੇ ਹੀ ਦਿਓ। ਪਰ ਜਿਹੜੇ ਗੁਰਮੁਖ ਹੁੰਦੇ ਉਹ ਰੱਬ ਨਾਲ ਜੋੜਦੇ ਆ। ਉਹ ਕਹਿੰਦੇ ਗੁਰਦੁਆਰਾ ਸਾਹਿਬ ਜਾਇਓ, ਬਾਣੀ ਪੜ੍ਹਿਓ, ਅਤੇ ਜੋ ਕੁਝ ਤੁਹਾਡਾ ਦਸਵੰਧ ਹੈ ਉਹ ਗਰੀਬ ਦੇ ਮੂੰਹ ਗੁਰੂ ਦੀ ਗੋਲਕ ਵਿੱਚ ਪਾਇਓ। ਤਿਸ ਸਿਉਂ ਲਾਇਨ ਰੰਗ, ਉਹ ਰੱਬ ਦਾ ਰੰਗ ਲਾਉਂਦੇ ਆ ਜਿਸ ਦੀ ਸਭ ਧਾਰੀ ਆ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਆ। ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀ ਆ। ਗੁਰਮੁਖਾਂ ਦਾ ਮੁਕਾਮ ਬੜਾ ਉੱਚਾ ਹੈ। ਜਿਹੜੀ ਪ੍ਰਾਪਤੀ, ਜਿਹੜਾ ਸਥਾਨ ਗੁਰਮੁਖ ਬਣ ਕੇ ਪ੍ਰਵਾਨ ਹੋ ਕੇ ਮਿਲਦਾ ਹੈ, ਉਹ ਸੰਸਾਰੀ ਅਹੁਦਿਆਂ ਵਿੱਚ ਨਹੀਂ ਮਿਲਦਾ, ਕਿਉਂਕਿ ਸੰਸਾਰੀ ਅਹੁਦੇ ਤਾਂ ਦੁਨੀਆ ਤੱਕ ਰਹਿ ਜਾਂਦੇ ਆ,
ਗੁਰਮੁਖ ਬਣ ਕੇ ਅਤੇ ਅਮਰ ਹੋ ਕੇ ਮਨੁੱਖ ਸਦੀਵ ਕਾਲ ਲਈ ਮਨੁੱਖਤਾ ਦੇ ਮਨ 'ਤੇ ਰਾਜ ਕਰਨ ਲੱਗ ਜਾਂਦਾ, ਰਹਿੰਦੀ ਦੁਨੀਆ ਤੱਕ ਉਹਦਾ ਸਤਿਕਾਰ ਦੁਨੀਆ 'ਚ ਬਰਕਰਾਰ ਰਹਿੰਦਾ ਹੈ। ਰਹਿਣ ਦਿਨ ਸਕਰ ਜੋੜ ਸਾਸ ਸਾਸ ਤੇ ਆਈ ਹੈ, ਗੁਰਮੁਖਾਂ ਤੋਂ ਸਿੱਖਿਆ ਲੈ ਕੇ ਦਿਨੇ ਰਾਤ ਹੱਥ ਜੋੜ ਕੇ ਵਾਹਿਗੁਰੂ ਨੂੰ ਸਿਮਰੀਏ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਏ। ਕਹਿੰਦੇ ਤੇ ਵਾਹਿਗੁਰੂ ਦੀ ਦਿਆਲਤਾ ਹੈ ਕਿ ਮਨੁੱਖ ਨੂੰ ਭਗਤ ਦਾ ਸੰਗ ਮਿਲਦਾ ਹੈ, ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਚਰਨਾਂ ਵਿੱਚ ਜੁੜਨ ਦਾ ਸੁਭਾਗ ਮਿਲਦਾ ਹੈ। ਕੋਟਾਨ ਕੋਟ ਵਾਰ ਸ਼ੁਕਰ ਕਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਨ ਮਹਾਂਪੁਰਖਾਂ ਦਾ ਸੰਗ ਕਰਨ ਦਾ ਆਪਾਂ ਨੂੰ ਸੁਭਾਗ ਮਿਲਿਆ ਹੈ। ਸਤਿਗੁਰੂ ਜੀ ਦਾ ਸ਼ੁਕਰ ਹੈ ਕਿ ਸਤਿਗੁਰੂ ਜੀ ਨੇ ਨਿਵਾਜਿਆ ਹੈ। ਇਤਨੀ ਕੁ ਸੇਵਾ ਪ੍ਰਵਾਨ ਕਰੋ ਜੀ, ਬੋਲਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ। ਆਓ ਪਿਆਰ ਨਾਲ ਸਮਾਪਤੀ ਕਰੀਏ ਜੀ। ਰਹਿਣ ਦਿਨ ਸਕਰ ਜੋੜ ਸਾਸ ਸਾਸ ਤੇ ਆਈ ਹੈ, ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।